जदों मेरा बंदा मेरे को कोई सवाल करता है, इन्नी करीब मैं अपने बंदे दे करीब उजीब दावतदार, जदू दुआ मंगने आला मंगदा है तो मैं ओदी दुआ नू कबूल कर लेना। रब ताला दी बारगाह विच कीती गई कोई दुआ भी रद्द नहीं जांदी। भाई आप नू समझ आई है कि नहीं? सोने रब दी बारगाह विच कोई दुआ भी कीती जाए तो दुआ रद्द नहीं जांदी, बाद औकात कबूल नहीं होती। जिवें साडी चाहत होंदी बाद दुआवां फौरन कबूल होंदियां, बाद लेट कबूल होंदियां, बाद होंदियां ही नहीं। साडा बच्चा छोटा हुंदा है, ਕਹਿੰਦੇ ਮੈਨੂੰ ਮਾਚਸ ਦਿਓ ਅੱਬਾ ਜੀ, ਅਸੀਂ ਦਿੰਦੇ। ਇਹਦਾ ਮਤਲਬ ਇਹ ਨਹੀਂ ਉਹਦੇ ਨਾਲ ਪਿਆਰ ਨਹੀਂ, ਉਹਦਾ ਪਿਆਰ ਹੈ ਤਾਂ ਹੀ ਨਹੀਂ ਦਿੰਦੇ। ਉਹੀ ਬੱਚਾ ਜਦੋਂ ਜਵਾਨ ਹੋ ਜਾਂਦਾ ਅਸੀਂ ਉਹਨੂੰ ਮਾਚਸ ਨਹੀਂ ਪੂਰੇ ਡੱਬੇ ਹਵਾਲੇ ਕਰ ਦਿੰਦੇ। ਫਰਕ ਕੀ ਹੈ? ਅਸੀਂ ਜਾਣਦੇ ਹਾਂ ਆਹ ਸਾਡੇ ਬੱਚੇ ਵਾਸਤੇ ਸਹੀ ਹੈ ਤੇ ਇਹ ਸਾਡੇ ਬੱਚੇ ਵਾਸਤੇ ਸਹੀ ਨਹੀਂ। ਇਵੇਂ ਰੱਬ ਸੋਹਣੇ ਦੇ ਬੰਦੇ ਜਦੋਂ ਰੱਬ ਕੋਲੋਂ ਮੰਗਦੇ ਨੇ ਤੇ ਰੱਬ ਜਾਣਦਾ ਹੁੰਦਾ ਹੈ ਆਹ ਮੇਰੇ ਸ਼ੈ ਬੰਦੇ ਵਾਸਤੇ ਸਹੀ ਹੈ ਤੇ ਆਹ ਬੰਦੇ ਵਾਸਤੇ ਸਹੀ ਨਹੀਂ। ਤਵੱਜੋ ਹੈ ਕਿ ਅਸੀਂ ਹਥਿਆਰ ਲੈ ਕੇ ਟੁਰੀਏ ਤੇ ਗੌਰਮੈਂਟ ਆਂਦੀ ਹੈ ਨਾ, ਪੁਲਿਸ ਤੇ ਫੌਜ ਨੂੰ ਗੌਰਮੈਂਟ ਖੁਦ ਹਥਿਆਰ ਦਿੰਦੀ ਹੈ। ਦੋਵੇਂ ਅਸੀਂ ਬੰਦੇ ਆਏ ਹਾਂ ਪਾਕਿਸਤਾਨ ਦੇ ਹੀ ਰਹਿਣ ਵਾਲੇ, ਪਰ ਗੌਰਮੈਂਟ ਬਿਹਤਰ ਜਾਣਦੀ ਹੈ ਕਿਹਨੂੰ ਗਨ ਫੜਾਣੀ ਤੇ ਕਿਹਨੂੰ। ਗੌਰਮੈਂਟ ਸਾਡੇ ਦੋਵਾਂ ਨਾਲ ਹੀ ਰਾਜ਼ੀ ਹੈ। ਐਵੇਂ ਉਹ ਵੀ ਮਾਲਕ ਹੈ, ਕਿਸੇ ਨੂੰ ਕੋਈ ਸ਼ੈ ਦਿੰਦਾ ਹੈ, ਕਿਸੇ ਨੂੰ ਕੋਈ ਸ਼ੈ ਨਹੀਂ ਦਿੰਦਾ। ਜਿਨ ਦਿੰਦਾ ਹੈ ਉਹਦੇ ਦੇਣ 'ਚ ਫਾਇਦਾ ਹੁੰਦਾ, ਜਿਨ ਨਹੀਂ ਦਿੰਦਾ ਉਹਦੇ ਨਾ ਦੇਣ 'ਚ ਫਾਇਦਾ ਹੁੰਦਾ। ਅਸੀਂ ਕਮਲੇ ਬੰਦੇ ਆਨੇ ਆ, ਸਾਡੀ ਦੁਆ ਕਬੂਲ ਨਹੀਂ ਹੋਈ। ਉਹ ਭਾਈਆ ਜੇ ਸਾਡੀ ਦੁਆ ਕਬੂਲ ਨਹੀਂ ਹੋਈ ਤੇ ਉਹਦੇ ਨਾ ਕਬੂਲ ਹੋਣ ਵਿੱਚ ਵੀ ਕੋਈ ਰਾਜ਼ੀ 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 ਸਰ ਸਮਝ ਆਈ ਹੈ ਕਿ ਨਹੀਂ? ਉਹਦੇ ਕਬੂਲ ਨਾ ਹੋਣੇ ਵਿੱਚ ਵੀ ਕੋਈ ਰਾਜ਼ੀ ਹੈ ਭਾਈ? ਮੁਤਵੱਜਿਓ ਰੱਬੁਲ ਇੱਜ਼ਤ ਆਪਣੀ ਬਾਰਗਾਹ ਵਿੱਚੋਂ ਸਮਝ ਦੀ ਤੌਫੀਕ ਦੇਵੇ। ਹਰ ਦੁਆ ਹਰ ਵੇਲੇ ਮਨਜ਼ੂਰ ਨਹੀਂ ਹੁੰਦੀ, ਨਾ ਸ਼ੁਕਰੀ ਨਾ ਕਰਿਆ ਕਰੋ। ਤੁਸੀਂ ਮੰਗਦੇ ਰਵਿਆ ਕਰੋ, ਜਿਹੜੀਆਂ ਜ਼ਰੂਰੀ ਹੋਈਆਂ ਉਹ ਦੇਵੇਗਾ, ਜਿਹੜੀਆਂ ਨਾ ਜ਼ਰੂਰੀ ਹੋਈਆਂ ਉਹ ਲੇਟ ਕਰੇਗਾ, ਜਿਹੜੀਆਂ ਲੇਟ ਵੀ ਨਾ ਦਿੱਤੀਆਂ। ਜਦੋਂ ਕਿਆਮਤ ਦਾ ਦਿਨ ਹੋਏਗਾ ਤਰੱਕੜੀ ਤੇ ਅਮਲ ਤੁਲਣਗੇ, ਇੱਕ ਪਾਸੇ ਨੇਕੀਆਂ ਤੇ ਇੱਕ ਪਾਸੇ ਗੁਨਾਹ ਰੱਖਣਗੇ। ਤੋ ਅੱਲਾ ਫਰਮਾਣਗੇ, ਫਰਿਸ਼ਤੇ ਇਸ ਬੰਦੇ ਕੋਲ ਮੇਰੇ ਤੋਂ ਦੁਆਵਾਂ ਮੰਗੀਆਂ ਨੇ। ਹਾਂ ਯਾ ਅੱਲਾ ਉਹ ਪਈਆਂ ਨੇ, ਅੱਲਾ ਫਰਮਾਣਗੇ ਲੈ ਆਓ, ਲੈ ਆਉਣਗੇ ਤੋ ਅੱਲਾ ਫਰਮਾਣਗੇ ਇਹ ਦੁਆਵਾਂ ਵੀ ਨੇਕੀਆਂ ਦੇ ਪਲੜੇ 'ਚ ਰੱਖ ਲਿਓ। ਹਦੀਸ ਪਾਕ ਵਿੱਚ ਪਤਾ ਕੀ ਆਉਂਦਾ? ਹਦੀਸ ਪਾ ਕੇ ਚਾਹੁੰਦਾ ਉਸ ਵੇਲੇ ਬੰਦੇ ਆਖਣਾ ਜਿਹੜੀਆਂ ਦੁਆਵਾਂ ਮਨਜ਼ੂਰ ਹੋਈਆਂ ਨੇ ਇਨਸ਼ਾਅੱਲਾ ਉਹ ਵੀ ਨਾ ਹੁੰਦੀਆਂ, ਅੱਜ ਨੇਕੀਆਂ ਦੇ ਪਲੜੇ ਦਰੀਂਦੀਆਂ। ਜਿਲੇ ਨਾ ਮਨਜ਼ੂਰ ਦੁਆਵਾਂ ਦਾ ਸਵਾਬ ਮਿਲਣਾ ਹੈ ਨਾ ਨਾਮਾ ਅਮਾਲ ਵਿੱਚ, ਉਸ ਆਖਣਾ ਵਾ ਉਹ ਵੀ ਨਾ ਮਨਜ਼ੂਰ ਹੁੰਦੀਆਂ ਜਿਹੜੀਆਂ ਹੋਈਆਂ ਆਈਆਂ ਇੱਥੇ ਦਰੀਂਦੀਆਂ ਦੇ ਸਵਾਦ ਆ। ਲਿਹਾਜ਼ਾ ਜਦੋਂ ਵੀ ਰੱਬ ਕੋਲੋਂ ਮੰਗੋ ਇਹ ਜ਼ਿਹਨ ਵਿੱਚ ਨਾ ਲਿਆਵਿਆ ਬਸ ਸੁਣਦਾ ਨਹੀਂ। ਕੁਛ ਬੰਦੇ ਇਹ ਫਿਕਰ ਜ਼ਿਹਨ ਵਿੱਚ ਕਮਲੇ ਰੱਖਦੇ ਨੇ
बस साडा रब साडियां सुनदा नहीं ओए ओ जेड़ा जमीन ते कीड़ी टुरदी आ रब तेरा सुनदा ओदी चलण दी आहट वी है क्योंकि तेरे रब दी शान है इनला हो समय उल बसी इला हो समी उल बसीर तेरा रब अखां वाला भी है तेरा रब तकन वाला भी है तेरा रब सुनन वाला भी है तेरा रब तकदा भी है भलिया तेरा रब सुनदा भी है वो समी भी है वो बसीर भी ए ना ज़हन च लियाई के मेरा रब मेरियां सुनदा नहीं तेरियां सुनदा पिया है जेड़ियां जरूरी होण ओ मनदा है दूजियां दा इंतजार करवा रहा है वेटिंग लिस्ट च रहो बंदे हो अजे वेटिंग लिस्ट च रहो ਅਸੀਂ ਕਾਲੇ ਬੋਨੇ ਅਸੀਂ ਆਨੇ ਦੁਆ ਮੰਗ ਕੇ ਨਾ ਅਜੇ ਹੱਥ ਥੱਲੇ ਨਾ ਆਉਣ ਤੇ ਮਨਜ਼ੂਰ ਪਹਿਣਾ ਹੋਵੇ ਯਕੀਨ ਕਰੋ ਬੰਦੇ ਜੁਮੇ ਤੇ ਦੁਆ ਕਰਾ ਕੇ ਤੇ ਹਫਤੇ ਨੂੰ ਫੋਨ ਕਰ ਦੇਣ ਬਾਜੀ ਉਹ ਦੁਆ ਕਰਾਈ ਆਈ ਉਹ ਕੰਮ ਹੋਇਆ ਕੋਈ ਨਾ ਜੁਮੇ ਨੂੰ ਦੁਆ ਕਰਾਉਂਦੇ ਨਾ ਕੇ ਤੇ ਹਫਤੇ ਨੂੰ ਫੋਨ ਕੱਢ ਮਾਰ ਦੇਣ ਬਾਜੀ ਸ਼ਾਹ ਜੀ ਉਹ ਕੱਲ ਤੁਹਾਡੇ ਦੁਆ ਕਰਾਈ ਆਈ ਅਜੇ ਤਾਈ ਉਹ ਕੰਮ ਹੋਇਆ ਕੋਈ ਨਾ मैं क्या मैं ते करना हुंदा तो उस लई कर छड़ना हुण दुआ वाले दी पता है साडा ते काम है हाथ उते करने अगूण मालिक दी मर्जी है वो ना सुने तो ना सुने ते जे सुन ले हुण तुसी उलमा कोल सुने ही होना है बजद हजरत आदम अल्लाह दे नबी जमीन ते आए ते कितने साल रो रो के दुआवां करदे रहे तो सुनदा रहे हो मन्नी उस उदू है जदू ओदी अपनी मर्जी आई नहीं समझ आई गल हुण ते फिर करोड़ां बंदे ने रब कोलों दुआ मंगण वाले तो उस वेले ते कल्ले हजरत आदम मंगण वाले आए होर मंगण वाला भी कोई ना यानी मंगण वाला भी कल्ला ते देण वाला भी कल्ला लेकिन उस दित्ती नहीं माफी मंगदे आ होर की मंगदे आ लेकिन मालिक नहीं दीती सुनता रहा पर मेरा प्यारा नबी बोलता पे मंगता पे सुनिया मांग हजरत आदम दुआ मंगदे आ रब्बाना ज़लमना अनफुसना वइल्लम तग़फिर लना व तरहमना लनकूनन मिनल खासिरी आप तवज्जो फरमाइए लनकून मिनल खासरीन हजरत आदम दुआ मंगदे ने रहमत दा दरिया इलाही हर दम वगदा तेरा ये एक कतरा बख्शे मैनो ते कम बन जांदा मेरा।